अस्सलाम वालेकुम नाज़रीन, मैं तुहाडा अपना अज़ीम विकी, तुसीं वेख रहे हो अज़ीम विकी ऑफिशियल। तो अज असी दोस्त बैठे सी आपस में, पाकिस्तान दा मैच सी अज साउथ अफ्रीका दे नाल। साडी तो दुआ है कि जी पाकिस्तान विन करे, क्योंकि अज असी विन करांगे तो अगे कितें जावांगे, नहीं तो फिर वापसी तो है ही। लेकिन साडियां दुआवां पाकिस्तान टीम दे नाल ने ते हमेशा रहणगियां। तो बबला साडे कोल आया जी अज अपनी को परेशानी लै के। इहदा हो गया कि चलान इहदी मोटरसाइकिल दा ना, ते इहने आ के सारी रौनक वसीम साहब तुहानूं भी सुनाई ते मैनूं भी जी जी। ते मैं कहा क्यों ना इहनूं रिकॉर्ड कीता जाए, क्योंकि बड़ी दिलचस्प रौनक ते नहीं लेकिन गड्डी बड़ी दिलचस्प है। सर जी सुबह सुबह जो मैं गड्डी कढ़ी है ना रेंज चो अगे मेरा चलान होया, तुसी ना तुसी मेरी गल नूं तुसी समझ जाओ कि बंदा एवें है। ਚਲਾਨ ਅੱਗੇ ਹੋਇਆ, ਮੇਰਾ ਦਿਲ ਕਰ ਰਿਹਾ ਮੈਂ ਨਹਿਰ 'ਚ ਜਾ ਕੇ ਛਾਲ ਮਾਰ। ਤੇ ਜਿਹੋ ਜੀ ਤੇਰੇ ਕੋਲ ਗੱਡੀ ਹੋ ਤੇ ਨਹਿਰ 'ਚ ਵੀ ਤਰ ਜਾਣੀ, ਕੋਈ ਫਰਕ ਨਹੀਂ ਪੈਣਾ ਉਸ ਗੱਡੀ ਨੂੰ। ਸਰ ਮੈਂ ਇੰਝ ਕਰਕੇ ਸਵੇਰੇ ਸਵੇਰੇ ਗੱਡੀ ਕੱਢੀ ਨਾਲ ਦੇ ਘਰੋਂ। ਸਰ ਮੈਂ ਆਪਣੀ ਗਲੀ 'ਚ ਖੜੀ ਕਰਨਾ ਨਾ ਗੱਡੀ ਜਿੱਥੇ। ਆਪਣੀ ਗਲੀ 'ਚ? ਹਾਂ ਗਲੀ ਦੇ ਵਿੱਚ ਖੜੀ ਕਰਨਾ ਬਗੈਰ ਤਾਲੇ ਤੋਂ। ਜ਼ਾਹਰ ਹੈ ਬਗੈਰ ਤਾਲੇ ਤੋਂ। ਤਾਲਾ ਵੀ ਨਹੀਂ ਲਾਂਦਾ ਕੋਈ, ਬੰਦਾ ਨੂੰ ਹੱਥ ਨਹੀਂ ਲਾਂਦਾ ਯਕੀਨ। ਉਹਦਾ ਤਾਲਾ ਹੈ ਹੀ ਨਹੀਂ ਬਬਲੇ, ਉਹਦਾ ਲੱਗਣਾ ਕਿੱਥੋਂ? ਤੇਰੀ ਗੱਡੀ ਨੂੰ ਕਿਹੜਾ ਲਾ ਕੇ ਉਤਰੇ ਫੇਰ ਦੱਸ। ਮੇਰੀ ਗੱਡੀ ਨੂੰ ਲਾਕ ਸਰ ਮੈਂ ਲਵਾਇਆ ਹੀ ਨਹੀਂ ਅੱਜ ਤੱਕ, ਮੈਨੂੰ ਆਪਣੇ ਮੁਹੱਲੇਦਾਰਾਂ ਤੇ ਬੜਾ ਇਤਬਾਰ ਹੈ। ਮੈਂ ਇੰਜ ਕਰਕੇ ਸਿਰ ਸਿਰ ਗੱਡੀ ਕੱਢੀ ਸੜਕ ਤੇ। ਇਹ ਗੱਡੀ ਨੂੰ ਲਾਕ ਪਤਾ ਕਿਉਂ ਨਹੀਂ ਲਾਂਦਾ? ਇਹਨੇ ਲਈ ਤਾਲਾ ਸ਼ਕਾਕੂ ਤੋਂ। ਬਬਲੇ ਜਿਹੜੀ ਤੇਰੇ ਕੋਲ ਗੱਡੀ ਹੈ ਨਾ, ਉਹਦਾ ਚਲਾਨ ਕਿੰਨਾ? ਉਹਨਾਂ ਨੇ ਦੋ ਦਾ ਕਿੰਨੇ ਦਾ ਕੱਢਿਆ? ਸਰ ਮੈਂ 2000 ਦਾ ਚਲਾਨ ਕੱਟਤਾ। 2000 ਦਾ ਭਾਜੀ ਚਲਾਨ ਦੇ ਦਾ ਕਿਆ ਬਾਤ! ਮੈਂ ਇੰਨੇ ਕੁ ਤਰਲੇ ਪਾਏ ਨੇ ਉਹਦੇ। ਮੈਂ ਕਿਹਾ ਨਹੀਂ, ਉਹਨੇ ਤੇਰਾ ਚਲਾਨ ਕੀਤਾ 2000, ਉਹਨੇ ਆਪਣਾ ਕੀਤਾ ਵੀ ਮੈਂ ਰੋਕਿਆ ਕੀ ਹੈ ਮੈਂ। ਸਰ ਤੁਸੀਂ ਮੇਰੀ ਗੱਡੀ ਦੇ, ਤੁਸੀਂ ਮੇਰੀ ਗੱਡੀ ਨੂੰ ਲੈ ਰਹੇ ਹੋਈ ਸੀ। ਮੈਂ ਉਸ ਗੱਡੀ ਤੇ ਮੈਂ ਚਾਹਾਂ ਤੇ ਮੈਂ ਲੰਡਨ ਜਾ ਸਕਣਾ, ਤੁਹਾਨੂੰ ਪਤਾ ਹੈ ਉਹਦੇ ਤੇ ਹੈਂਡਲ ਲੱਗਾ ਨਾ ਯਾਰ ਲਾਲ। ਲੰਡਨ ਕਿਉਂ? ਤੂੰ ਤੇ ਥੈਲੇ 'ਚ ਪਾ ਕੇ ਵੀ ਜਾ ਸਕਦਾ, ਜਿੱਥੇ ਮਰਜ਼ੀ ਜਾਓ ਜੀ ਗੱਡੀ। ਸਰ ਉਹ ਗੱਡੀ ਨੂੰ ਸਾਰੀ ਤਾਂ ਖੁੱਲ ਜਾਂਦੀ ਹੈ। ਸਰ ਤੁਸੀਂ ਉਸ ਗੱਡੀ ਨੂੰ ਈਜ਼ੀ ਲੈ ਰਹੇ ਹੋ। ਉਹ ਮੈਂ ਲੈ ਨਹੀਂ ਰਿਹਾ ਉਸ ਗੱਡੀ ਨੂੰ, ਉਸ ਗੱਡੀ ਨੂੰ ਲੈਣਾ ਕਿੰਨੇ? ਉਹ ਈਜ਼ੀ ਇਸ ਲਈ ਲੈ ਰਿਹਾ ਕਿ ਉਹ ਕਿਸੇ ਨੂੰ ਲੱਗੋ ਨਹੀਂ ਲੈਂਦੀ ਨਾ। ਮੈਂ 130 ਦਾ ਪੈਟਰੋਲ ਪਵਾਉਣਾ ਉਹਦੇ 'ਚ। 160 ਦੀ ਟੋਟਲ ਗੱਡੀ ਆ। 130 ਦਾ ਪੈਟਰੋਲ ਪਵਾ ਕੇ ਮੈਂ ਪੂਰਾ ਲਾਹੌਰ ਫਿਰਨਾ ਉਹਦੇ ਤੇ 130 ਦਾ। ਹਾਂਜੀ ਕੱਲਾ ਨਹੀਂ, ਮੇਰੇ ਬੱਚੇ ਵੀ ਨਾਲ, ਮੇਰੀ ਪੂਰੀ ਫੈਮਿਲੀ ਇਸੇ ਗੱਡੀ ਤੇ ਗਈ। ਭਲਾ ਕਰਦਾ ਕੀ? ਹਾਂਜੀ ਗੱਡੀ ਦਾ ਕਿਹਾ ਛੱਤ ਤੇ ਗੱਡੀ ਦੀ। ਹਾਂ ਹਾਂ ਹਾਂ। ਬੱਚੇ ਬੁੱਚੇ ਲਾ ਕੇ ਥੱਲੇ ਬਹਿ ਜਾਂਦਾ? ਨਹੀਂ ਜੀ, ਇਹ ਸਾਦਕਾ ਬਾਦ ਸਾਦਕਾ ਖਰਾਤ ਲੈਣ ਗਿਆ ਸੀ ਉਸ ਗੱਡੀ ਦਾ। ਸਾਦਕਾ ਖਰਾਤ ਯਾਰ, ਕਿਹੜੀ ਖਰਾਤ ਯਾਰ? ਸਾਦਕਾ ਬਾਦ ਤੋਂ ਸਾਦਕਾ ਖਰਾਤ, ਸਾਦਕਾ ਖਰਾਤ ਇਹ ਸਾਬਕਾ ਖਰਾਤ ਇਕੱਠੀ ਕਰਨ ਗਿਆ ਸੀ। ਅੱਛਾ ਜੀ, ਨਾਲ ਦੀ ਨਾਲ ਨਾਲ ਅਸੀਂ ਮੈਚ ਵੀ ਵੇਖ ਰਹੇ ਤੇ ਬਬਲੇ ਦੇ ਹਾਲਾਤ ਵੀ ਵੇਖ ਰਹੇ। ਅੱਜ ਤੁਹਾਨੂੰ ਆਵਾਂਗੇ ਨਾਲ ਨਾਲ, ਐਲਸੀਡੀ ਸਾਹਮਣੇ ਚੱਲ ਰਹੀ ਸਾਡੇ, ਮੈਂ ਚੱਲ ਵੀ ਧਿਆਨ ਆ ਥੋੜਾ ਥੋੜਾ। ਉਹ ਸਰ ਮੈਂ ਚੱਲ ਕੀ ਧਿਆਨ ਕਰਨਾ, ਤੁਸੀਂ ਮੇਰੀ ਚਲਾਨ ਨਾਲ ਧਿਆਨ ਕਰੋ। ਵਿੱਕੀ ਸਾਹਿਬ ਮੇਰੀ ਗੱਲ ਸੁਣੋ, 2000 ਦਾ ਚਲਾਨ ਹੋ ਗਿਆ ਤੇ 2 ਹੀ ਤੇਰੇ ਕੋਲ ਸੀ? ਉਹਨੋਂ 2 ਹੈਗਾ ਕਿੱਥੇ? ਮੈਂ ਤੁਹਾਡੇ ਕੋਲ ਇਸ ਲਈ ਤੇ ਆਇਆ ਵਾਂ। ਕਾਹਦੇ ਲਈ? 2000 ਦਾ ਚਲਾਨ ਹੋਇਆ। ਉਹ ਸਰ ਚਲਾਨ ਇਸ ਲਈ, ਉਹ ਕਹਿ ਰਿਹਾ ਸੀ ਕਿ ਤੁਸੀਂ ਕੀ ਚਲਾ ਰਹੇ ਹੋ? ਚਲਾਨ ਤੁਹਾਡਾ ਚਲਾਨ ਇਸ ਲਈ ਹੈ? ਬੜਾ ਚਲਾਨ ਹੁਸ਼ਿਆਰ ਬਣਦਾ ਹੈ ਆਪਣੇ ਨੂੰ, ਬੜਾ ਚਲਾਨ ਹੁਸ਼ਿਆਰ ਬਣਦਾ ਯਾਰ। ਉਹ ਤੇਰੀ ਚਲਾਨ ਕਿਵੇਂ ਹੋਈ ਉਹ ਗੱਲ ਕਰੋ, ਮੇਰੀ ਗੱਲ ਸੁਣੋ। ਬਬਲੇ ਤੂੰ ਹਯਾ ਕਰ, ਉਸ ਗੱਡੀ ਦਾ ਮੁਸੀਬ ਤੂੰ ਵੇਖੀ ਗੱਡੀ? ਜੀ ਵੇਖੀ ਬਿਲਕੁਲ। ਉਹਦਾ 2000 ਦਾ ਚਲਾਨ ਬਣਦਾ ਤੇਰੇ ਬਿਲੋਂ? ਨਹੀਂ ਜੀ, ਇਹ ਘਰੋਂ ਨਾ ਚਲਾਨ ਬਣਾ ਕੇ ਨਿਕਲਿਆ ਸੀ ਕਿ ਮੈਂ ਆਪ ਚਲਾਨ ਕਰਾਉਣਾ। ਇਹਨੇ ਘਰ ਮਸ਼ੀਨ ਲਾਈ ਚਲਾਨ ਬਣਾ ਲਈ। ਸਵੇਰ ਦੇ ਜ਼ਿਹਨ 'ਚ ਚਲਾਨ ਚੱਲ ਰਿਹਾ ਸੀ ਇਹਨਾਂ ਦਿਨ, ਅੱਜ ਇਹ ਚਲਾਨ ਕਰਨਾ। ਯਾਰ ਇਹ ਬੰਦਾ ਉਸਤਾਦ ਜੀ ਹੈ, ਕੌਣ ਹੈ ਭਲਾ? ਕੌਣ? ਬੜਾ ਲੁੱਧਰ ਵਰਗਾ ਮੂੰਹ ਹੈ, ਕੌਣ ਹੈ? ਦੱਦ ਵਾਹ ਹੋ ਗਏ। ਕਹਿ ਸਕਦੇ ਭਾਈ ਨਵਾਂ ਨਵਾਂ ਚਲਾਨ ਹੋਇਆ ਤੁਹਾਡਾ? ਆਹਾਂ, ਜੋ ਮਰਜ਼ੀ ਕਹਿ ਦੇ। ਹੈ ਜੀ ਸਾਹਿਬ, ਕੀ ਇਹਦਾ ਅੱਜ ਚਲਾਨ ਹੋਣਾ ਹੀ ਸੀ? ਕਿਉਂ? ਉਹ ਹੈ ਹੀ ਬੜਾ ਚਲਾਨ ਹੈ।
ਓਏ ਤੂੰ ਚਲਾਨ ਸਹੀ ਤਰ੍ਹਾਂ ਕਿਉਂ ਨਹੀਂ ਕਰਦਾ, ਤੇਰੇ ਤੇਰੀ ਚਲਾਉਣੀ ਨਹੀਂ ਠੀਕ ਹੈ। ਸਰ ਮੇਰੀ ਗੱਲ ਸੁਣੋ, ਮੈਂ ਇੱਕ ਰਿਕੁਐਸਟ ਲੈ ਕੇ ਆਇਆ ਤੁਹਾਡੇ ਕੋਲ, ਤੁਸੀਂ ਅਨੈਸ਼ ਜੇ ਮੇਰੇ ਨਾਲ ਤੁਸੀਂ ਆਪ, ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ, ਮੇਰੇ 2000 ਦਾ ਚਲਾਨ ਹੋ ਗਿਆ। ਅੱਛਾ, ਤੇ ਮੇਰੀ ਨਾ ਥੋੜੀ ਕੋਈ ਹੈਲਪ ਕਰ ਦਿਓ। ਕੀ ਹੈਲਪ ਕਰੀਏ ਤੇਰੀ, ਮਤਲਬ ਕਿ ਦੱਸ ਦੇ ਰਵੇ ਨਾ, ਦੱਸ ਦੇ ਕੀ ਹੈਲਪ ਕਰੀਏ। ਸਰ ਮੇਰੀ ਗੱਲ ਸੁਣੋ, ਗੱਡੀ ਉਹਨਾਂ ਨੇ ਕਰਤੀ ਮੇਰੀ ਬੰਦ। ਬਬਲੇ ਉਹ ਬੜੀ ਦੇਰ ਦੀ ਬੰਦ ਆ, ਉਹਨਾਂ ਦੇ ਨਾ ਪਾ ਗੱਡੀ ਤੇ ਤੇਰੀ ਸਾਰਜਣ ਵੇਖ ਕੇ ਬੰਦ ਹੋ ਜਾਂਦੀ ਆ ਭਾਈ। ਸਰ ਜੀ ਉਸ ਗੱਡੀ ਦੇ ਬਾਰੇ ਚ ਮੈਂ ਤੁਹਾਨੂੰ ਕੁਆਲਿਟੀ, ਮੇਰੇ ਕੋਲ ਡਾਕੂ ਖੋ ਕੇ ਲੈ ਗਏ ਉਹਨਾਂ ਨੇ, ਕਹਿੰਦੇ ਠੀਕ ਕਰਾ ਕੇ ਦੇ ਦਿੰਦੇ। ਹਾਂਜੀ, ਕਿਉਂਕਿ ਉਹਨਾਂ ਨੇ ਵੇਖਿਆ ਬੜੀ ਦੇਰ ਦੀ ਨਹੀਂ ਕਰਾ ਰਿਹਾ। ਪਿਛਲਾ ਚੱਕਾ ਵੀ ਬਦਲਵਾਇਆ, ਸੀਟ ਪਵਾ ਕੇ ਨਾਲ ਨਾਨਕੀ ਛੱਕ ਦੇ ਕੇ ਨਾਲ ਚਲਾਉਣ ਦਾ। ਔਰ ਉਹਨਾਂ ਨੇ ਨਾ ਇਹਦੀ ਗੱਡੀ ਦੀ ਤਸਵੀਰ ਖਿੱਚ ਕੇ ਨਾ ਤੇ ਕਾਰ ਲਾ ਵੀ ਦਿੱਤੀ, ਤਾਂ ਕਿ ਸਾਡੇ ਬਾਅਦ ਵੀ ਆਪਣੇ ਬੱਚਿਆਂ ਨੂੰ ਵੀ ਕਹਿ ਗਏ ਕਿ ਤੂੰ ਇਹ ਗੱਡੀ ਨੂੰ ਹੱਥ ਨਹੀਂ ਪਾਉਣਾ, ਅਗਰ ਅਸੀਂ ਮਰ ਵੀ ਜਾਈਏ ਨਾ ਤੇ ਆ ਇਹਨੂੰ ਕੋਈ ਨਾ ਚੜੇ। ਉਹਨਾਂ ਨੇ ਇੰਜ ਟੰਗੀ ਜਿਵੇਂ ਖੁਰੀ ਨਹੀਂ ਟੰਗੀ ਦੀ, ਐਂ ਤਸਵੀਰ ਬਾਹਰ ਟੰਗੀ। ਯਾਰ ਇਹਨਾਂ ਨੂੰ ਸਮਝ ਨਹੀਂ ਆ ਸਕਦੀ ਸਾਰੀ ਉਮਰ। ਵਿੱਕੀ ਸਾਹਿਬ ਮੈਂ ਤਾਂ ਚਲਾਨ ਕੀਤਾ ਕਿ ਉਹਨਾਂ ਨੇ। ਸਰ ਮੈਂ ਮੇਰੀ ਗੱਲ ਸੁਣੋ, ਮੈਂ ਸੜਕ ਤੇ ਸਿੱਧਾ ਗਿਆ ਵਾਂ। ਬੇਵਕੂਫ ਜੇ ਲੱਗਦੇ ਹੋ ਤੁਸੀਂ, ਮੈਂ ਇੰਜ ਕਰਕੇ ਗੱਡੀ ਸੜਕ ਤੇ ਕੱਢੀ ਹੈ, ਇੰਜ ਕਰਕੇ ਬੜੀ ਕੋਸ਼ਿਸ਼ ਕੀਤੀ ਉਹਨਾਂ ਕੋਲ ਮੈਂ ਬਚ ਕੇ ਲੰਘ ਜਾਵਾਂ, ਉਹ ਮਗਰ ਉਹ ਚੁਕਾਵਾ ਜਿਹਾ ਦੇ ਕੇ ਅੱਗੇ ਆ ਕੇ ਖਲੋ ਗਿਆ। ਸੜਕ ਦੀ ਨੁਕਰ ਹੁੰਦੀ ਵੀ ਐ ਕਰਕੇ ਖਲੋਤੇ ਜੀ ਪੱਟੇ ਪਾ ਕੇ। ਕਿੰਨੇ ਜਾਣੇ ਸਨ ਉਹ? 3 ਜਾਣੇ ਸਨ। ਅੱਗੇ ਤਾਂ ਤੁਸੀਂ 4 ਕਿਹਾ, ਬਸ ਇੱਕ ਬੰਦਾ ਗੱਡੀ ਵੇਖ ਕੇ ਨਿਕਲ ਗਿਆ ਨਾ। ਅੱਛਾ, ਯਾਰ ਚੌਥਾ ਮੈਂ ਸਾਂ। ਅੱਛਾ ਅੱਛਾ, ਚੌਥਾ ਮੈਂ ਸਾਂ। ਉਹ ਮੈਂ ਬੜਾ ਚੁੱਪ ਕਰਕੇ ਕੋਲੋਂ ਲੰਘਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਉਹ ਮਗਰ ਜੀ ਗੱਡੀ ਬੰਬਲੇ ਬੰਦਾ ਚੁੱਪ ਕਰਕੇ ਲੰਘਦਾ, ਬਲਕਿ ਬੰਦਾ ਗੱਡੀ ਬੰਦ ਕਰਕੇ ਲੰਘਦਾ। ਯਾਰ ਧਿਆਨ ਨਾ ਪੈ ਜਾ ਯਾਰ। ਅੱਛਾ, ਮੈਂ ਟੋਰ ਕੇ ਚੁੱਪ ਕਰਕੇ ਕੋਲੋਂ ਲੰਘਣ ਦੀ ਕੋਸ਼ਿਸ਼ ਕੀਤੀ, ਥੋੜਾ ਕੁ ਮਹਿਲੇ ਉਹਨਾਂ ਦੇ ਕੋਲ ਪਹੁੰਚਣ ਹੀ ਲੱਗਾ, ਗੱਡੀ ਭੌਂਕ ਪਈ, ਬੰਦ ਹੋ ਗਈ ਨਾ ਤੇਰੀ ਗੁਲਟੇਰੀਆ ਗੱਡੀ। ਕੀ ਹੋ ਗਿਆ ਤੁਹਾਨੂੰ? ਜਦੋਂ ਤੂੰ ਕੋਲੋਂ ਤੂੰ ਨਿਕਲ ਲੱਗਾ, ਹਾਂ ਤੇ ਕਿਤਨਾ ਪਤਾ ਲੱਗਾ ਉਹਨਾਂ ਨੂੰ? ਉਹ ਸਰ ਉਹਨਾਂ ਨੇ ਪਤਾ ਨੀ ਉਹ ਜਾਦੂਗਰ ਨੇ ਉਹਨੂੰ ਇੰਜ ਇੱਕ ਜਾਣਾ ਇੰਜ ਅੱਗੇ ਆ ਗਿਆ ਜਿਵੇਂ ਮੈਂ ਪਤਾ ਨੀ। ਨਹੀਂ ਉਹ ਗੱਡੀ ਦੀ ਆਵਾਜ਼ ਹੀ ਇਸ ਤਰ੍ਹਾਂ ਜਿਵੇਂ ਰੋਲ ਆ ਵੇਲ ਉਹਨਾਂ ਨੇ ਚੱਲਦਾ ਗੁੜ 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 ਗੁੜ। ਉਹ ਡੱਕ ਕੇ ਮੈਨੂੰ ਤੇ ਸਾਈਡ ਤੇ ਲਾ ਲਿਆ ਉਹਨਾਂ ਨੇ। ਥੋੜੀ ਦੇਰ ਬਾਅਦ ਮੈਨੂੰ ਕਹਿੰਦੇ ਲਾਇਸੈਂਸ ਵਹਾ, ਉਹ ਮੈਂ ਕਿਹਾ ਸਰ ਕੋਈ ਸ਼ਾਇਦ ਨੀ ਹੈਗੀ ਮੇਰੇ ਕੋਲ। ਕਹਿੰਦਾ ਯਾਰ ਇਸ ਗੱਡੀ ਦੀਆਂ ਚੀਜ਼ਾਂ ਨੀ ਹੁੰਦੀਆਂ, ਇਸ ਗੱਡੀ ਦਾ ਤਰਲਾ ਹੀ ਹੁੰਦਾ। ਹਾਂਜੀ, ਜਾਂ ਇਹਦਾ ਕੰਡੇ ਤੇ ਵਜ਼ਨ ਵਜ਼ਨ ਹੁੰਦਾ ਇਹੋ ਜੀ ਗੱਡੀ ਦਾ। ਜਾਂ ਇਸ ਗੱਡੀ ਦੀ ਸਿਰਫ ਤਲਾ ਹੁੰਦੀ ਕਿ ਭਾਜੀ ਮੈਂ ਨਾ ਖੋਲ ਕੇ ਵੇਚਤੀ। ਚਲਾਨ ਤੋਂ ਹਟ ਕੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਕੀ? ਇੱਕ ਦਫਾ ਮੇਰੇ ਹਾਲਾਤ ਬੜੇ ਭੈੜੇ ਹੋ ਗਏ। ਇੱਕ ਦਫਾ ਨਹੀਂ ਬਬਲੇ, ਤੇਰੇ ਦਿਹਾੜੀ ਚ ਕਿੰਨੀ ਦਫਾ ਹੁੰਦੇ? ਹਾਏ ਹਾਏ। ਅੱਛਾ ਵਿੱਕੀ ਸਾਹਿਬ, ਇੱਕ ਦਫਾ ਬਹੁਤ ਜ਼ਿਆਦਾ ਹੋ ਗਏ ਸਾਂ। ਅੱਛਾ, ਬਹੁਤ ਜ਼ਿਆਦਾ ਹੋ ਗਏ। ਕੀ ਬਾਤ, ਇਸ ਤੋਂ ਵੀ ਮਾੜੇ ਜਿਹੜੇ ਹੁੰਦੇ ਨੇ। ਮੈਂ ਇੰਜ ਕਰਕੇ ਘਰੋਂ ਗੱਡੀ ਕੱਢੀ ਹੈ, ਤੇ ਸਿੱਧਾ ਮੈਂ ਕਬਾੜੀਏ ਦੀ ਦੁਕਾਨ ਤੇ ਲੱਗਿਆ। ਬਿਲਕੁਲ ਠੀਕ, ਹੁਣ ਸਹੀ ਜਗ੍ਹਾ ਤੇ ਗਿਆ। ਮੈਂ ਉਹਨੂੰ ਵੇਚਤੀ, ਤੋਲਤੀ ਗੱਡੀ, ਤੋਲ ਕੇ ਵੇਚਤੀ। ਉਹਦੇ ਕੋਲ ਰੁਪਈਆ 1300 ਵੀ ਫੜ ਲਿਆ ਮੈਂ। ਵਾਹ, ਘਰ ਆਇਆ ਤੇ ਗੱਡੀ ਫੇਰ ਉੱਥੇ ਖਲੋਤੀ। ਸਖਾਈ ਸਖਾਈ ਗੱਡੀ ਕਿਤੇ ਰਹਿੰਦੀ ਨਹੀਂ। ਕੀ ਬਾਤ, ਰਹਿੰਦੀ ਨਹੀਂ ਗੱਡੀ। ਉਹ ਤੇ ਵਾਪਸ ਇਸ ਕਰਕੇ ਲੈ ਆਇਆ ਸੀ, ਉਹ ਕਹਿੰਦਾ ਭਾਈ ਅੱਜ ਕੱਲ ਇਹ ਗੱਡੀਆਂ ਗੁੱਡੀਆਂ ਨਹੀਂ ਖਰੀਦਦੇ। ਨਹੀਂ ਨਹੀਂ, ਇਹਦੀ ਗੱਡੀ ਵੈਸੇ ਵੀ 7 ਘਰ ਫੇਰ ਕੇ ਆ ਜਾਂਦੀ। ਆਹ ਬਲਕਿ 7 ਕਬਾੜੀ ਕੀ ਫੇਰ। ਨਾਲੇ ਉਹਨੇ ਕਿਹਾ ਮੈਂ ਤੈਨੂੰ 1300 ਦਿੱਤੇ, ਤੂੰ ਮੈਨੂੰ ਚਲਾਉਣ ਵਾਲੀ ਗੱਡੀ ਦੇਣੀ, ਤੂੰ ਕਿਹੜੀ ਗੱਡੀ ਦੇ ਗਿਆ? ਉਹ ਉਸ ਗੱਡੀ ਨੂੰ ਨਾ ਟਾਰਜ਼ਨ ਦੀ ਗੁੜਤੀ ਹੈ, ਟਾਰਜ਼ਨ ਗੱਡੀ ਦੀ। ਆਹੋ ਉੱਪਰ ਗਿਆ ਨੂੰ ਜਿਹੜਾ ਦੇ ਕੋਈ ਯਾਰ ਨੂੰ। ਫਿਰ ਇੱਕ ਹੋਰ ਵਾਕਿਆ ਗੱਡੀ ਨਾਲ ਹੋਇਆ, ਤੁਹਾਨੂੰ ਪਤਾ ਚੱਲਿਆ। ਗੱਡੀ ਨਾਲ ਕੀ ਵਾਕਿਆ? ਮੇਰੇ ਨਾਲ ਵਾਕਿਆ, ਗੱਡੀ ਲੈ ਕੇ ਮੈਂ ਮੌਤ ਦੇ ਖੂਹ ਤੇ ਚਲਾ ਗਿਆ ਵਾਲੀ। ਬੜੀ ਖੁਸਰਾ ਤਬੀਅਤ ਟਾਈਪ ਦੀ ਗੱਡੀ ਤੇ। ਸਰ ਨਹੀਂ, ਮੈਂ ਕਿਹਾ ਦਿਲ ਜਾਣ ਦੀ ਬਾਜ਼ੀ ਅੱਜ ਲਾ ਦੇਣੀ।
ਮੈਂ ਜੀ ਕਰਕੇ ਮੌਤ ਦੇ ਖੂਹ ਚ ਗੱਡੀ ਜਦੋਂ ਚਲਾਈ ਏ ਆਪਣੀ ਵਾਲੀ ਕਿ ਉਹਨਾਂ ਦੀ ਨਹੀਂ ਨਹੀਂ ਮੇਰੇ ਵਾਲੀ ਗੱਡੀ ਹਾਂਜੀ ਆਪ ਤੇ ਉੱਤੇ ਨਹੀਂ ਬੈਠੇ ਹੋਣੇ ਵਾਸ ਨਾਲ ਇਹ ਕਰਕੇ ਬੰਨ ਕੇ ਘੁਮਾਈ ਹੋਣੀ ਆ ਓ ਯਾਰ ਕਿਹੜਾ ਝਾਂਬਾ ਜਿਹਾ ਗੱਡੀ ਦਾ ਨਾ ਝਾਂਬਾ ਜਿਹਾ ਬਣਾ ਲਿਆ ਹਾਂ ਗਰੀਬ ਆਦਮੀ ਦਾ ਮਜ਼ਾਕ ਉਡਾ ਰਹੇ ਜੇ ਉਹ ਨਹੀਂ ਗਰੀਬ ਦਾ ਨਹੀਂ ਚਲਾਕ ਆਦਮੀ ਦਾ ਮਜ਼ਾਕ ਉਡਾ ਜਿਹੜਾ ਬੰਦਾ 2000 ਦਾ ਚਲਾਨ ਕਰਾ ਰਿਹਾ ਉਹ ਬੰਦਾ ਗਰੀਬ ਹੋ ਸਕਦਾ ਹੈ ਚਲੋ ਚਲਾਨ ਹੀ 2000 ਤੋਂ ਘੱਟ ਨਹੀਂ ਹੋ ਰਿਹਾ ਬੜੀ ਫਜ਼ੀਲਤਾਂ ਵਾਲੀ ਗੱਡੀ ਇਹਦੀ ਐਂ ਕਰਕੇ ਗੱਡੀ ਲੈ ਕੇ ਬੈਂਕ ਅੱਗੋਂ ਲੰਘਿਆ ਉਹਨਾਂ ਨੇ ਖਿਲਾਰ ਕੇ ਕਿਹਾ ਵੀ ਆ ਕਰਜ਼ਾ ਲੈ ਆ ਮਾਂਗਤ ਕਿਸਮ ਦੀ ਗੱਡੀ ਹਾਏ ਯਾਰ ਇਹਦੀ ਗੱਡੀ ਜਦੋਂ ਐਂ ਕਰਕੇ ਗੱਡੀ ਚੋਂ ਕੱਢਦਾ ਨਾ ਹਾਂਜੀ ਜਿਹੜੀਆਂ ਬੀਬੀਆਂ ਬੜਾ ਸਾਡੀਆਂ ਬਾਹਰ ਕੋਈ ਸਬਜ਼ੀ ਲੈਣ ਆਈ ਹੈ ਕੋਈ ਵੈਦੇ ਹਾਂਜੀ ਯਕੀਨ ਕਰ ਉਹ ਵੀ ਦਸ ਦਸ ਬੀਬੀ ਦੇ ਦਿੰਦੀਆਂ ਕਿ ਪੈਨ ਪੈਟਰੋਲ ਪਾ ਲੈ ਪਾ ਲੈ ਅੱਛਾ ਯਾਰ ਮੇਰੀ ਗੱਲ ਸੁਣੋ ਵਿੱਕੀ ਸਾਹਿਬ ਅੱਛਾ ਜਦੋਂ ਗੱਡੀ ਲੈ ਕੇ ਨਿਕਲਦਾ ਨਾ ਤੇ ਹਸਪਤਾਲਾਂ ਵਾਲੇ ਵੀ ਚੌਕਸ ਹੋ ਜਾਂਦੇ ਹਾਂ ਕਿ ਯਾਰ ਖੁਦਾ ਕਿਉਂਕਿ ਜਿਹੋ ਜਿਹੀ ਗੱਡੀ ਹੈ ਜੀ ਜੀ ਕਿ ਯਾਰ ਕਿਤੇ ਵੀ ਆਵਾਜ਼ ਆਣੀ ਹੈ ਤਾਂ ਪਤਾ ਨਹੀਂ ਕਿਹੜੇ ਹਸਪਤਾਲ ਆਏ ਨਾ ਮਹੱਲੇ ਚੋਂ ਗੱਡੀ ਲੈ ਕੇ ਲੰਘਦੇ ਨੇ ਤੇ ਮਾਈਆਂ ਇਕੱਠੀਆਂ ਹੋ ਜਾਂਦੀਆਂ ਪਿਆਰ ਦਿੰਦੀਆਂ ਪੁੱਤ ਕਦੀ ਚਲਾ ਵੀ ਲਿਆ ਕਰ ਆਇਆ ਗੱਡੀ ਤੇ ਇਹਨਾਂ ਨੂੰ ਕਿਸੇ ਨੇ ਕਿਹਾ ਕਿ ਯਾਰ ਗੱਡੀ ਤੇ ਟੈਂਕੀ ਪਵਾ ਕਿ ਆਪ ਛੱਤ ਤੋਂ ਲਾ ਕੇ ਤੇ ਗੱਡੀ ਤੇ ਰੱਖ ਲਈ ਓ ਯਾਰ ਤੇ ਪੈਟਰੋਲ ਦੀ ਜਗ੍ਹਾ ਵਿੱਚ ਮੱਛੀਆਂ ਛੱਡ ਲਈ ਤੇ ਪਿੱਛੇ ਲਾ ਲੈ ਦਰਿਆਈ ਗੱਡੀ ਦਰਿਆਈ ਘੋੜਾ ਨੀ ਦਰਿਆਈ ਗੱਡੀ ਨਹੀਂ ਉੱਤੇ ਲਿਖਾ ਸਮੁੰਦਰੀ ਰੇੜਾ ਸਮੁੰਦਰੀ ਰੇੜਾ ਸਮੁੰਦਰੀ ਰੇੜਾ ਤੇ ਭੁੱਖਿਆਂ ਦਾ ਵਿਹੜਾ ਅੱਛਾ ਪੁੱਤਰੋ ਅੱਲਾ ਕਰੇ ਕਿਤੇ ਤੁਹਾਡਾ ਵੀ ਹੋਵੇ ਚਲਾਨ ਫਿਰ ਮੈਂ ਵੀ ਤੁਹਾਡਾ ਇਹੋ ਜਿਹਾ ਚੇਦਾ ਲਾਵਾਂ ਨਹੀਂ ਸਮੁੰਦਰੀ ਰੇੜਾ ਹੋਇਆ ਤਿਆਰ ਲੁੱਟ ਲਿਆ ਬਹੁਤ ਜਾਣੀ ਜਾਣੇ ਬਾਹਰ ਨਹੀਂ ਉਹ ਗਾਣਾ ਸੁਣਿਆ ਤੂੰ ਨੀ ਗੱਡੀਏ ਸੱਜਣਾ ਦੀ ਤੈਨੂੰ ਖੋਲ ਖੋਲ ਤੇਲ ਮੈਂ ਦਵਾਵਾਂ ਤੈਨੂੰ ਕੁੱਟ ਕੁੱਟ ਛਾਪਰ ਵਿੱਚ ਪਾਵਾਂ ਉਹ ਗੱਡੀਏ ਸੱਜਣਾ ਦੀ ਆਪਣਾ ਸਾਜੀ ਉਹ ਗਾਣਾ ਸੁਣਿਆ ਤੁਸੀਂ ਗੱਡੀ ਤੇ ਹੱਸ ਬੋਲ ਵੇ ਨਾ ਗੱਡੀ ਸਾਡੀ ਤੇ ਹੱਸ ਬੋਲ ਯਾਰ ਨਾ ਗੱਡੀ ਸਾਡੀ ਰੋਲ ਵੇ ਗੱਡੀ ਗੱਡੀ ਮਿਲਿਆ ਕਰ ਸਮਝਾ ਨਹੀਂ ਰਹੇ ਤੁਸੀਂ ਸਗੋਂ ਤੁਸੀਂ ਨਾਲ ਰਲ ਕੇ ਮੇਰਾ ਚੇਦਾ ਲਾ ਰਹੇ ਹੋ ਉਹ ਨੀ ਸੁਣਿਆ ਗੱਡੀਆਂ ਦਾ ਗੱਡੀ ਜੋਗੇ ਜਰੂਰ ਕੋਸੇ ਗੱਡੀ ਉਹ ਨੀ ਬਦਨਾਮ ਨਗਰ ਆਪੇ ਮੈਂ ਗੱਡੀ ਪੁੱਜੀ ਆਪੇ ਮੇਰੇ ਬੱਚੇ ਜੀਣ ਬਦਵਾ ਹੀ ਹੈ ਮੇਰੇ ਤਰਫੋਂ ਵੀ ਝੋਲੀਆਂ ਨੀ ਚੁੱਕੀ ਦੀਆਂ ਹੌਲੀ ਹੌਲੀ ਕਰਕੇ ਤਾਂ ਗੱਡੀ ਚੁੱਕੀ ਦੀ ਆਪਣੀ ਡੈਡ ਗਾਡੀ ਲੈ ਜਾਓ ਯਾਰ ਬਹੁਤ ਨੈਸ਼ ਬੱਚਾ ਵਸੀਮ ਕਦੀ ਕੋਈ ਗਾਣੇ ਤੇ ਕਦੀ ਕੁਛ ਤੇ ਕਦੀ ਕੁਛ ਚਲੋ ਇਹ ਤੇ ਫਿਰ ਵੀ ਨਾਰਮਲ ਹੈ ਨਾ ਤੁਹਾਡੇ ਨਾਲ ਜਿਹੜਾ ਬੈਠਾ ਹੈ ਬੜਾ ਖੁਸਰੇ ਦੇ ਢਿੱਡ ਦਾ ਮੂੰਹ ਦਬਾ ਹੋ ਗਏ ਕਹਿ ਸਕਦੇ ਨੇ ਭਾਈ ਚਲਾਨ ਹੋਇਆ ਲੱਖ ਲੱਖ ਚਲਾਨ ਚਲਾਨ ਕਰੋ 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 ਅਸੀਂ ਤੇ ਸੋਚ ਚ ਬੈਠੇ ਨੇ ਤੁਹਾਡੇ ਚਲਾਨ ਦੇ ਹੈਲੋ ਭਾਈ ਜਾਨ ਸਾਡੇ ਨਾਲ ਇਹੋ ਜਿਹੇ ਚਲਾਨ ਨਾ ਕਰੋ ਓਏ ਅੱਜ ਤੋਂ ਬਾਅਦ ਮੇਰੇ ਚਲਾਨ ਨਾ ਕਰੀਏ ਬੜੀਆਂ ਚਲਾਕੀਆਂ ਕਰਦੇ ਕਦੀ ਤੇ ਸੋਹਣੀ ਲਏਗਾ ਨਾ ਗੱਡੀ ਨਵੀਂ ਆ ਹੀ ਜਾਣੀ ਕਿਸ ਦਿਨ ਪੁਰਾਣੀ ਗੱਡੀ ਜਿਹੜੀ ਉਹ ਆਪਾਂ ਤੈਨੂੰ ਸਦਕੇ ਚ ਦੇ ਦੇਣੀ ਵੇਖੀ ਤੈਨੂੰ ਨਾ ਅਸਲ ਚ ਨਾ ਜੋ ਤੂੰ ਰੁਕਦਾ ਕਰਨਾ ਨਾ ਫਿਰ ਤੈਨੂੰ ਚਲਾਨਾ ਦੀ ਮਾਰ ਹੋ ਗਈ ਕਿਹੜੀ ਚਲਾਨਾ ਅੱਛਾ ਇਹਨੂੰ ਸ਼ੌਕ ਚਲਾਨ ਕਰਾਉਂਦਾ ਜੀ ਹੁਣ ਸਹੁਰੇ ਨੂੰ ਜੱਗ ਪਾਉਂਦਾ ਵੀ ਵੇਲੋ ਗੱਡੀ ਆ ਤੇ ਚਲਾਨ ਹੋਇਆ ਨਾ ਨਹੀਂ ਇਹਨੇ ਤੇ ਮੰਨਤ ਲਈ ਹਨਾ ਸਰ ਕਿਹੜੀ ਯਾਰ ਮੰਨਤ ਤੇ ਕਿਹੜੇ ਚਲਾਨ ਸਹੁਰਿਆਂ ਨੂੰ ਮਹਾਨਾ ਦੱਸੋ ਤੂੰ ਪਹਾਂਦਾ ਕੋਈ ਬੰਦਾ ਕਿਸੇ ਨੂੰ ਜਾ ਕੇ ਚਲਾਨ ਕੀ ਇੱਕ ਚਲਾਨ ਹੋਇਆ ਮੈਂ ਪਰੇਸ਼ਾਨ ਆ ਸਗੋ ਤੁਸੀਂ ਮਜ਼ਾਕ ਉਡਾ ਰਹੇ ਜੇ ਵਿੱਕੀ ਸਾਹਿਬ ਮੇਰਾ ਉਹ ਲੋਕਾਂ ਦੱਸਦੇ ਨੇ ਗੱਡੀ ਦਾ ਲੋਕੀ ਬਿਜਲੀਆਂ ਚ ਖੁੱਲ ਕੇ 5000 ਦਾ ਨੋਟ ਕਰਦੇ ਨੇ ਇਹ ਚਲਾਨ ਵਾਲੀ ਪਰਚੀ ਕੱਢ ਲੈਣ ਲਓ ਜੀ ਮੇਰਾ ਵੀ ਹੋਇਆ ਐਡੀ ਮਸ਼ਹੂਰੀ ਤੈਨੂੰ ਵਾਲੇ ਸਾਹਿਬ ਜੀ ਨੇ ਪੁੱਛਿਆ ਤੇਰਾ ਨਾਂ ਕੀ ਕਹਿੰਦਾ ਮੇਰਾ ਨਾਂ ਚਲਾਨ ਹਾਸ਼ਮੀ ਓਏ ਮੈਨੂੰ ਇੱਕ ਦਿਨ ਫੋਨ ਆਇਆ ਹੈ ਇਸ ਗੱਡੀ ਦੇ ਬਾਰੇ ਚ ਗੱਡੀ ਨੂੰ ਆਮ ਗੱਡੀ ਨਾ ਸਮਝੋ ਗੱਡੀ ਗੱਡੀ ਮਿਲੇ ਮੈਨੂੰ ਜਾਣ ਗਈ ਮੈਂ ਚੋਰਤ ਤੁਸੀਂ ਹੈਰਾਨ ਹੋਇਓਗੇ ਕਿਸ ਬੰਦੇ ਦਾ ਫੋਨ ਆ ਗਿਆ ਮੈਨੂੰ ਗੱਡੀ ਆਸਤੇ ਕਿ ਇਹ ਇਹ ਨਾ ਗੱਡੀ ਯਾਰ ਕਿਹੜਾ ਮੈਨੂੰ ਪੁੱਛੋ ਤੁਸੀਂ ਕਿੰਦਾ ਫੋਨ ਆਇਆ ਕਿੰਦਾ ਫੋਨ ਆ ਗਿਆ ਜੀ ਪੁੱਛ ਲੈ ਯਾਰ ਨੂੰ ਆ ਕਿਹਦਾ ਹੈ ਬਿਲ ਕਲਿੰਟਨ ਦਾ ਫੋਨ ਆਇਆ ਮੈਨੂੰ ਓ ਬਿਲ ਕਲਿੰਟਨ ਦਾ ਅਮਰੀਕਾ ਤੋਂ ਉਹਨੇ ਕਿਹਾ ਤੇਰਾ ਪਿਛਲਾ ਵੀ ਬਿਲ ਰਹਿੰਦਾ ਹੈ ਤੇ ਉਹ ਕਲਿੰਟਨ ਆ ਕੇ ਤੇ ਦੇ ਜਾ ਹਾਂਜੀ
ਉਹਨੇ ਕਿਹਾ ਵੀ ਮੈਨੂੰ ਮਿਲ ਕੇ ਜਾ, ਮੇਰਾ ਬਿੱਲ ਘਬਰਾ ਰਿਹਾ। ਨਾਲ ਉਹਨੇ ਗਾਣਾ ਵੀ ਗਾਇਆ, ਬਿੱਲ ਦਾ ਮਾਮਲਾ ਬਿੱਲ ਕਲਿੰਟਨ ਲੈ। ਜਦੋਂ ਦੀ ਗੱਡੀ ਵੇਖੀ ਮੇਰਾ ਬਿੱਲ ਅੰਦਰ ਬਾਹਰ ਹੋ ਰਿਹਾ, ਮੇਰਾ ਬਿੱਲ ਕਿੱਥੋਂ ਪੱਕਾ, ਇੱਕ ਬਿੱਲ ਕਰਦਾ ਜਾਵਾਂ ਇੱਕ ਬਿੱਲ ਕਰਦਾ ਨਾ ਜਾਵਾਂ। ਬਿੱਲੀਓ ਨੀ ਬਦਨਾਮ ਨਾ, ਬਿੱਲ ਕਲਿੰਟਨ ਦਾ ਪੂਰਾ ਆ ਮੋਟਰਸਾਈਕਲ ਲਈ। ਹਾਂਜੀ ਪੁੱਛੋ ਤੁਸੀਂ ਕੀ ਕਰਨੀ, ਉਹਨੇ ਕੀ ਕਰਨੀ, ਕੀ ਉਹਨੇ ਉਹਨੇ ਮੇਰੇ ਕੋਲ ਉੱਥੇ ਮੰਗਵਾਈ ਏ ਅਮਰੀਕਾ ਦੇ ਵਿੱਚ। ਹਾਏ ਹਾਏ ਇਹ ਜਿਹੜੀ ਗੱਡੀ ਤੇ ਸਫੈਦ ਸਫੈਦ ਮੂਸਲੀ ਉਹਨੇ ਮੰਗਵਾਈ ਸਰ, ਹੁੰਦਾ ਨਾ ਭਾਈ ਤੁਹਾਡੇ ਵਾਲੇ ਬਹੁਤ ਆਲਾ ਮਿਲ ਜਾ, ਸਫੈਦ ਮੂਸਲੀ ਤੇ ਨਾਲ ਆਪਣਾ ਪਾਈਏ ਤੁਖ ਮਲੰਗਾ। ਹਾਂਜੀ ਉਹਨਾਂ ਲੋਕਾਂ ਨੂੰ ਕਦਰ ਏ ਪੁਰਾਣੀਆਂ ਚੀਜ਼ਾਂ ਦੀ ਵਿੱਕੀ ਸਾਹਿਬ। ਹਾਂਜੀ ਸਿਆਣੇ ਕਹਿੰਦੇ ਬੱਬਲੇ ਦੀ ਗੱਡੀ ਤੇ ਔਲੇ ਦਾ ਖਾਦਾ ਬਾਜਮਾ ਲੱਗਦਾ, ਕੀ ਪਿੰਡੀ ਕੇ ਪੁਰਾਣੀ ਬਕਵਾਸ ਸਾਹਿਬ। ਉਹ ਤੂੰ ਵੀ ਕੋਈ ਹਾਲ ਹੀ ਗੱਲ ਕਰ ਬੱਬਲੇ, ਉਹ ਇਹਨਾਂ ਦੀ ਮਿਸਾਲ ਨੀ ਬਣੀ ਜਿੰਨਾ ਰੱਖੀਆਂ ਗੱਡੀਆਂ ਟੈਡ ਉਹਨਾਂ ਦੇ। ਮੇਰੀ ਗੱਡੀ ਅਫਗਾਨਿਸਤਾਨ ਚ ਮੰਗਵਾਈ ਗਈ ਗੱਡੀ, ਤੁਹਾਨੂੰ ਯਾਦ ਹੈ ਜਦੋਂ ਹਮਲਾ ਹੋਇਆ। ਹਾਂਜੀ ਉਹਨਾਂ ਨੇ ਸੈਂਪਲ ਵਾਇਆ ਕਿ ਵੇਖ ਲਓ ਭਾਜੀ ਅੱਧਾ ਬੰਬ ਚੱਲਿਆ ਤੇ ਗੱਡੀ ਦਾ ਵੇਖ ਲਓ। ਹੁਣ ਬੱਬਲੇ ਕੀ ਜਾਣਨਾ ਸਾਡੇ ਗੁਰੂ ਨੂੰ ਗੱਡੀ ਦੇ ਬਾਰੇ ਚ? ਵਿੱਕੀ ਸਾਹਿਬ ਹੁਣ ਕੀ ਜਾਣਨਾ, ਤੁਸੀਂ ਤੇ ਮੇਰੀ ਗੱਡੀ ਨੂੰ ਸਮਝ ਹੀ ਕੁਛ ਨਹੀਂ ਰਹੇ। ਮੇਰੀ ਗੱਡੀ ਨੂੰ ਕੋਈ ਵੀ ਕੁਛ ਨਹੀਂ ਸਮਝ ਰਿਹਾ, ਮੇਰੇ ਇਕੱਲੇ ਤੇ। ਮੈਂ ਆ ਕੇ ਤੁਹਾਡੇ ਅੱਗੇ ਤਰਲਾ ਰਿਕੁਐਸਟ ਕਰ ਰਿਹਾ ਕਿ ਵਿੱਕੀ ਸਾਹਿਬ ਚਲਾਨ ਹੋ ਗਿਆ, ਅੱਲਾ ਨੇ ਤੁਹਾਨੂੰ ਇੰਨਾ ਦਿੱਤਾ ਵਿੱਚ ਰੁਪਈਆ 2000 ਚਲਾਨ ਵਾਸਤੇ ਦੇ ਦਿਓਗੇ ਤੇ ਕੀ ਫਰਕ ਪਵੇਗਾ। ਬੱਬਲੇ ਜਿਹੋ ਜਿਹੀ ਗੱਡੀ ਹੈ ਇਹਦਾ ਪੁੱਤਰ ਕਿਤੇ ਵੀ ਚਲਾਨ ਹੋ ਜਾਣਾ, ਇਹ ਸਾਲ 'ਚ ਮੈਨੂੰ ਤੇ ਤੇਰਾ ਚਲਾਨ ਪੈ ਜਾਣਾ ਕੋਈ ਤਕਰੀਬਨ 2,40,000 ਜੀ। ਹਰ ਸ਼ਹਿਰ ਦੇ ਬੰਦ ਹੋ ਜਾਂਦੀ ਹੈ। ਹਾਂਜੀ ਹਾਂਜੀ ਜਿੱਥੇ ਮਰਦੀ ਮੈਂ ਡੇਢ ਪੈਂਦੀ ਹੈ। ਹਾਂਜੀ ਆਏ ਦਿਨ ਕਿਤੇ ਨਾ ਕਿਤੇ ਵੱਜੀ ਹੁੰਦੀ ਵਿਚਾਰੀ, ਇਕੱਲਾ ਹੀ ਬੈਠਾ ਹੁੰਦਾ ਤੇ ਓਵਰਲੋਡਿੰਗ ਦਾ ਚਲਾਨ ਹੋ ਜਾਂਦਾ ਇਹਦਾ। ਹਾਂ ਲੈ ਕੋਈ ਉਹ ਕਿਹੜਾ ਓਵਰਲੋਡਿੰਗ ਦਾ ਚਲਾਨ ਹੋ ਜਾਂਦਾ, ਇੱਕ ਦਿਨ 20 ਦੀ ਸਪੀਡ ਤੇ ਗਿਆ ਤੇ ਓਵਰ ਸਪੀਡ ਦਾ ਹੋ ਗਿਆ। ਉਹਨਾਂ ਕੋ ਇਹ ਗੱਡੀ ਦਾ ਬਣਦਾ ਹੈ ਇੰਨੀ ਤੇਜ਼ ਜਾਣਾ, 20 ਤੇ ਲੈ ਜਾ ਜਾਂ ਕਦੋਂ 20 ਤੇ ਲੈ ਗਿਆ ਤੂੰ। ਅਖੀਰ ਇੱਕ ਬੰਦੇ ਨੇ ਕਿਹਾ ਤੈਨੂੰ 20,000 ਵਾਰੀ ਸਮਝਾਇਆ ਕਿ ਇਹਨੂੰ 20 ਤੇ ਨਹੀਂ ਚਲਾਈਦਾ। ਬੱਬਲੇ ਮੇਰੇ ਖਿਆਲ 'ਚ ਕੁਛ ਵੀ ਨਹੀਂ ਨਾ, ਬਹੁਤੇ ਨਹੀਂ, ਅਗਰ ਤੂੰ ਗੱਡੀ 'ਤੇ 22,000 ਰੁਪਇਆ ਲਾਵੇ ਨਾ ਤੇ ਤੇਰੀ ਹੱਸ ਕੇ ਤੇਰੀ 9 ਦੀ ਵਿਕ ਜਾਣੀ। ਛਾਪਰ ਸੁੱਟਿਆ ਤੇ ਚੀਲ ਰਾਹ ਚ ਫੜ ਕੇ ਤੈਨੂੰ ਵਾਪਸ ਕਰ ਗਈ, ਕਿਹਦਾ ਦਿੱਤਾ ਜੀ ਇਸ ਗੱਡੀ ਦਾ ਬਣਦਾ ਉਹਨੇ ਕਿਹਦਾ ਦਿੱਤਾ ਜੀ ਰੱਖ ਮੇਰੇ ਕੋਲ ਗੋ ਚੀਲ ਵਾਪਸ ਕਰ ਪਿੱਟ ਕੇ ਮਰ ਗਏ ਯਾਰ ਰੱਖੋ ਤੇ ਸਹੀ ਉਹਨੇ ਕਿੰਨੇ ਨੇ। ਜਿੱਡੀ ਪੁਰਾਣੀ ਗੱਡੀ ਹੈ ਨਾ ਅਕਸਰ ਰਾਤ ਨੂੰ ਜਾਂਦੇ ਆ ਹਵਾਈ ਚੀਜ਼ਾਂ ਦੇ ਲਿਫਟ ਮੰਗ ਲੈਂਦੇ ਆ। ਉਹਨੇ ਕਹਿੰਦੇ ਅੱਗੇ ਜਾ ਕੇ ਗੱਡੀ ਪਤਾ ਨੀ ਕੀ ਕਰਦੇ, ਤੂੰ ਤਾਂ ਕਹਿਣਾ ਲੋ ਜੀ ਮੈਂ ਤੇ ਸਦਕਾ ਵੀ ਦਿੱਤਾ ਨੀ। ਇੱਕ ਦਿਨ ਇਹਨੇ ਵੰਡ ਫੀਲਿੰਗ ਕੀਤੀ ਤੇ ਗੱਡੀ ਨੂੰ ਚਪੇੜਾ ਮਾਰੀਆਂ, ਉਹ ਕਹਿੰਦੀ ਮੈਂ ਦੋ ਦੇ ਪਤਾ ਨੀ ਕਿਵੇਂ ਚੱਲਣ ਨਹੀਂ ਕੋਈ ਇੱਕ ਤਾਂ ਲੈ ਕਿਸ ਤਰ੍ਹਾਂ ਚਲਾਈ ਲੈ ਕੇ ਨਾ ਵਸਾਖੀਆਂ ਕਿਹੜੀ ਪੈਰਾਲਾਈਜ਼ ਗੱਡੀ ਕਰਤੀ ਹੈ ਮੇਰੀ ਗੱਡੀ ਵਸਾਖੀ ਨਾ ਜਾ ਰਹੀ ਤੇ ਪਿੱਛੇ ਗਾਣਾ ਲੱਗਾ ਉਹ ਦੂਰ ਕੇ ਮੁਸਾਫਰ ਉਡਾਲੋ ਮਜ਼ਾਕ, ਮੇਰੀ ਗੱਡੀ ਨੇ ਉਡਾਇਆ ਹੈ ਮੇਰੇ ਫਨ ਕਾ ਮਜ਼ਾਕ, ਤੇਰੇ ਪੈਟਰੋਲ ਨੇ ਤੇਰੇ ਐਪ ਚ ਪਾ ਰੱਖੀ ਤੁਹਾਨੂੰ ਗਾਣਾ ਸੁਣਾਵਾਂ ਹੈਰਾਨ ਹੋਇਓ ਗੱਡੀ ਮੇਰੀ ਚੰਨਾ ਕਿੱਡੀ ਪਿਆਰੀ ਲੱਗਦੀ ਗੱਡੀ ਮੇਰੀ ਚੰਨਾ ਕਿੱਡੀ ਪਿਆਰੀ ਲੱਗਦੀ ਏ ਹੋ ਚੰਨੇ ਦੇ ਅੱਗੇ
ਮੈਨੂੰ ਤਾਰਾ ਲੱਗਦਾ ਏ ਹੋ ਇਹ ਕੀ ਜੀ ਗੱਡੀ ਮੇਰੀ ਚੰਨਾ ਕਿੱਡੀ ਪਿਆਰੀ ਲੱਗਦੀ ਹੋ ਆਉਂਦੇ ਜਾਂਦੇ ਨੂੰ ਪਾਜੀ ਉੱਥੇ ਵੱਡੀ ਗੱਡੀ ਤੇਰੀ ਚੰਨਾ ਕਿੱਡੀ ਮਾੜੀ ਲੱਗਦੀ ਹੋ ਚੰਨੇ ਅੱਗੇ ਮੈਨੂੰ ਬੜੀ ਮਾੜੀ ਲੱਗਦੀ ਏ ਹੋ ਸਾਰੀ ਲੱਗ ਸਾਰੀ ਟੋਟਲ ਉਸਤਾਦ ਜੀ ਅਗਲੇ ਦਿਨ ਨਾ ਵਾਪਟਾਲੇ ਨੇ ਆ ਕੇ ਦੀ ਗੱਡੀ ਦਾ ਮੀਟਰ ਕੱਟਦਾ ਓਏ ਕਿਹੜਾ ਵਾਪਟਾਲੇ ਦਾ ਯਾਰ ਆਹ ਤੇ ਗੱਡੀ ਉਹਦੇ ਦਫ਼ਤਰ ਲੈ ਕੇ ਕਹਿੰਦੇ ਜੀ ਕਿਸ਼ਤਾਂ ਕਰ ਲਿਓ ਅੱਧੀ ਕਿਸ਼ਤਾਂ ਤੇ ਸੀ ਤੇ ਗੱਡੀ ਆਪ ਪਹਿਲੇ ਕਿਸ਼ਤਾਂ ਤੇ ਲਓ ਜੀ ਫਿਰ ਬਬਲਾ ਜੀ ਹਾਂਜੀ ਸਵੇਰੇ ਤੁਹਾਡੇ ਨਾਲ ਚੱਲਨੇ ਤੁਹਾਡਾ ਚਲਾਨ ਵੀ ਭਰ ਕੇ ਆਨੇ ਇਹ ਤੁਹਾਡਾ ਪਿਆਰ ਹੈ ਲਵ ਹੈ ਤੁਹਾਡਾ ਠੀਕ ਹੈ ਜੀ ਇਹ ਦੋਵਾਂ ਨੈਸ਼ਾਂ ਨੂੰ ਨਹੀਂ ਲੈ ਕੇ ਜਾਣਾ ਤੇ ਕੋਸ਼ਿਸ਼ ਕਰਕੇ ਗੱਡੀ ਹੁਣ ਇਸ ਤਰ੍ਹਾਂ ਕਰ ਤੂੰ ਹਾਂਜੀ ਘਰ ਜਾ ਕੇ ਨਾ ਮੇਰਾ ਪੁੱਤਰ ਪ੍ਰੈਸ਼ਰ ਚ ਪਾ ਕੇ ਨਾ ਚੰਗੀ ਤਰ੍ਹਾਂ ਗਾਲ ਇਹਨੂੰ 10 ਮਿੰਟ ਤੇ ਲਾ ਓਕੇ ਜਿਹੜੀ ਓਜਰੀ ਇਹ ਗੱਡੀ ਹੈ ਕੀ ਯਕੀਨ ਕਰ ਕਹਿੰਦੇ ਨੇ ਕਿ ਸਾਨੂੰ ਨਾਲ ਲੈ ਕੇ ਨਹੀਂ ਆਉਣਾ ਸਾਨੂੰ ਲੈ ਜਾਣਾ ਹੀ ਪੈਣਾ ਕਿਉਂ ਚੁੱਕ ਕੇ ਜੀ ਲੈ ਕੇ ਨਹੀਂ ਅੱਧੀ ਉਹਨੇ ਅੱਧੀ ਮੈਂ ਚਲ ਠੀਕ ਹੈ ਯਾਰ ਨਹੀਂ ਨਹੀਂ ਯਾਰ ਬਬਲੇ ਕੋਈ ਗੱਲ ਨਹੀਂ ਲੋ ਜੀ ਨਾਦਰੀ ਸਵੇਰੇ ਬਬਲੇ ਨੇ ਚਲਾਨ ਵੀ ਭਰ ਕੇ ਆਨੇ ਤੇ ਇਹਦਾ ਹੋਣਾ ਹੀ ਹੋਣਾ ਹਰ ਹਫ਼ਤੇ ਹਾਂਜੀ ਤੁਹਾਨੂੰ ਫਿਰ ਨਹੀਂ ਲੋ ਨਾਦਰੀ ਨੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅਤੇ ਚੈਨਲ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਆਈਕੋਨ ਦਾ ਬਟਨ ਦਬਾਉਣਾ ਨਹੀਂ ਭੁੱਲਣਾ ਭਾਅ ਜੀ ਤਾਂ ਕਿ ਹਰ ਨਵੇਂ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਹੈ ਜੀ ਤੋਂ ਇਜਾਜ਼ਤਾਂ ਰੱਬ ਰੱਖੇ